ਮੋਗਾ ਜ਼ਿਲ੍ਹੇ ਦੇ ਕਸਬਾ ਕੋਟੀ ਸੇਖਾਂ ਦੀ ਕੋਈ ਵੀ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਗੜ ਨੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਹੋਰਨਾਂ ਕੰਮਾਂ ਦੇ ਨਾਲ ਨਾਲ ਬੋਲੀ ਮੰਦਰ ਨਜ਼ਦੀਕ ਅਧੂਰੇ ਪਏ ਬਲਾਕ ਸਮਤੀ ਦੀ ਜਗ੍ਹਾ ਅਧੀਨ ਆਉਂਦੇ ਪਾਰਕ ਦੇ ਕੰਮ ਦੀ ਸ਼ੁਰੂਆਤ ਕਰਵਾ ਕੇ ਜਲਦੀ ਹੀ ਮੁਕੰਮਲ ਕਰਵਾ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਦੀ ਸਕੀਮ ਸਵੱਛ ਭਾਰਤ ਅਧੀਨ ਟਾਇਲਟ ਸੰਬੰਧੀ ਲਾਭਪਾਤਰੀਆਂ ਨੂੰ ਰਾਸ਼ੀ ਜਾਰੀ ਕਰਨ ਸੰਬੰਧੀ ਅਥਾਰਟੀ ਲੈਟਰ ਵੀ ਵੰਡੇ ਗਏ। ਆਪਾਂ ਨਗਰ ਪੰਚਾਇਤ ਕੋਟ ਸਿੰਘ ਬੈਠੇ ਹਾਂ, ਕਿਸ ਮਸਲੇ ਵਾਸਤੇ ਬੈਠੇ ਹਾਂ, ਕੀ ਸਾਨੂੰ ਜਾਣਕਾਰੀ ਦੇਣਾ ਚਾਹੋਗੇ? ਦੇਖੋ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸਾਡੇ ਕੈਬਨਿਟ ਮੰਤਰੀ ਗ੍ਰਹਿ ਮਹਿੰਦਰਾ ਜੀ ਵੱਲੋਂ ਅੱਜ ਉਹਨਾਂ ਨੂੰ ਹਦਾਇਤਾਂ ਕਿ ਪਿੰਡ ਪਿੰਡ ਆਪਣਾ ਨਗਰ ਪੰਚਾਇਤਾਂ ਦੇ ਵਿੱਚ ਜਾ ਕੇ ਵਿਕਾਸ ਕੰਮ ਦੇ ਜਿਹੜੇ ਆ ਉਹ ਕੰਮ ਸ਼ੁਰੂ ਕਰਾਏ ਜਾਣ ਅਤੇ ਕਿਸੇ ਵੀ ਨਗਰ ਪੰਚਾਇਤ ਦੇ ਵਿੱਚ ਕੋਈ ਵੀ ਕੰਮ ਜਿਹੜਾ ਹੈਗਾ ਇਹ ਸਾਰਾ ਪਹਿਲ ਦੇ ਆਧਾਰ 'ਤੇ ਹੋਣੇ ਚਾਹੀਦੇ ਆ ਅਤੇ ਕਿਸੇ ਨੂੰ ਵੀ ਕੋਈ ਅੱਖੋਂ ਪਰੋਖੇ ਨਹੀਂ ਕੀਤੇ ਜਾਣਾ ਚਾਹੀਦਾ। ਅਤੇ ਉਹਨਾਂ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਮੁੱਖ ਟੀਚਾ ਵੀ ਸਾਰੇ ਜਿਹੜੇ ਸ਼ਹਿਰ ਆ ਕੋਟੀ ਸਿੰਘ ਸ਼ਹਿਰ ਨੂੰ ਇੱਕ ਬਹੁਤ ਹੀ ਸੁੰਦਰ ਅਤੇ ਵਧੀਆ ਬਣਾਉਣ ਦਾ ਹੈਗਾ। ਇਸ ਕਰਕੇ ਅੱਜ ਅਸੀਂ 47 ਲੱਖ ਰੁਪਏ ਦੇ ਜਿਹੜੇ ਹੈਗੇ ਆ ਗਲੀਆਂ ਨਾਲੀਆਂ ਦਾ ਨੀਂਹ ਪੱਥਰ ਰੱਖਣਾ ਹੈਗਾ ਅਤੇ ਇਹਦੇ ਵਿੱਚ ਵਿਕਾਸ ਦੇ ਵਿੱਚ ਕੋਟੀ ਸਿੰਘ ਸ਼ਹਿਰ ਨੂੰ ਕਿਸੇ ਟਾਈਮ ਕੋਈ ਕਮੀ ਪੇਸ਼ੀ ਨਹੀਂ ਆਉਣ ਦਿੱਤੀ ਜਾਊਗੀ। ਇਹਨੂੰ ਇੱਕ ਬਹੁਤ ਹੀ ਵਧੀਆ ਸੁੰਦਰ ਅਤੇ ਵਧੀਆ ਕਿਸਮ ਦਾ ਜਿਹੜਾ ਸ਼ਹਿਰ ਬਣਾਉਣ ਦਾ ਸਾਡੀ ਸਰਕਾਰ ਦਾ ਟੀਚਾ ਹੈਗਾ ਕਿ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ। ਇਸ ਤੋਂ ਮਗਰੋਂ ਕਿ ਹੋਰ ਸਾਡੇ ਜਿਹੜੇ ਆ ਪ੍ਰਪੋਜ਼ਲਾਂ ਬਣੀਆਂ ਹੈਗੀਆਂ ਉਹ ਵੀ ਜਿਹੜਾ ਹੈਗਾ ਮਗਰੋਂ ਮਗਰੋਂ ਕੰਮ ਸ਼ੁਰੂ ਕਰਾਏ ਜਾਣਗੇ। ਅਤੇ ਇਸੇ ਤਰ੍ਹਾਂ ਹੀ ਅਸੀਂ ਹਰ ਰੋਜ਼ ਜਿਹੜਾ ਇੱਥੇ ਦੇਖਭਾਲ ਇੱਥੇ ਕਰਾਂਗੇ। ਜਿਹੜੀ ਕੋਈ ਸਮੱਸਿਆ ਹੈਗੀ ਆ ਮੇਰੇ ਧਿਆਨ 'ਚ ਆਈ ਆ, ਪਾਣੀ ਦੀ ਸਮੱਸਿਆ ਵੀ ਬਹੁਤ ਵੱਡੀ ਹੈਗੀ ਆ, ਪਰ ਉਹਨੂੰ ਵੀ ਅਸੀਂ ਹੱਲ ਕਰਨ ਵਾਸਤੇ ਜਿਹੜਾ ਥੋੜ੍ਹੇ ਚਿਰ ਦੇ ਵਿੱਚ ਉਹਨੂੰ ਉਹਦਾ ਹੱਲ ਕਰਾਂਗੇ। ਇੱਕ ਬਾਈ ਸਮੱਸਿਆ ਬੱਸ ਸਟੈਂਡ ਦੀ ਬਹੁਤ ਸਮੱਸਿਆ ਇੱਥੇ ਕੋਟ ਸਿੰਘ ਬੱਸ ਸਟੈਂਡ ਵਾਲੀ ਸਮੱਸਿਆ ਵੀ ਅਸੀਂ ਉਹਦੀ ਹੱਲ ਕਰਾਂਗੇ ਜਿਹੜਾ ਵੀ ਅੱਜ 47 ਲੱਖ ਦੇ ਅਸੀਂ ਕੰਮ ਸ਼ੁਰੂ ਕਰਾ ਰਹੇ ਹਾਂ। ਉਸ ਤੋਂ ਮਗਰੋਂ ਫਿਰ ਸਾਡਾ ਜਿਹੜਾ ਬਣਿਆ ਹੈਗਾ ਜਿਸ ਤਰ੍ਹਾਂ ਅਸੀਂ ਉਹ ਜਿਵੇਂ ਪਾਸ ਹੋਈ ਜਾਊਗਾ ਟੈਂਡਰ ਹੋ ਜਾਣ ਉਹ ਸਾਰੇ ਕਰ ਕਰਾ ਕੇ ਅਸੀਂ ਜਿਹੜੇ ਆ ਕੋਈ ਇੱਥੋਂ ਇਹ ਕਮੀ ਪੇਸ਼ੀ ਨਹੀਂ ਆਊਗੀ, ਪੈਸੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ, ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਮੰਤਰੀ ਸਾਹਿਬ ਵੱਲੋਂ ਉਹ ਸਾਰਾ ਹੈਗਾ ਵੀ ਉਸੇ ਕਸਮ ਦੀ ਕੋਈ ਕਮੀ ਨਹੀਂ ਗੀ। ਜਿਹੜੇ ਹੈਗੇ ਕੰਮ ਜਿਹੜੇ ਹੈਗੇ ਆ ਉਹ ਵੱਧ ਤੋਂ ਵੱਧ ਜਿਹੜੇ ਕੁੜੀ ਸਿੰਘਾਂ ਸ਼ਹਿਰ ਦੇ ਜਿਹੜੇ ਨਗਰ ਪੰਚਾਇਤ ਦੇ ਕਰਾਏ ਜਾਣ। ਇੱਕ ਬਾਈ ਜੀ, ਇੱਥੇ ਮਸੀਤਾ ਰੋਡ 'ਤੇ ਵਾਰਡ ਨੰਬਰ 1 ਵਿੱਚ ਰੂੜੀਆਂ ਦਾ ਮਸਲਾ ਬਹੁਤ ਲੰਬੇ ਚਿਰ ਤੋਂ ਲਟਕਦਾ ਆ ਰਿਹਾ, ਉਹਦੇ ਬਾਰੇ ਸਰ ਉਹਦਾ ਮਸਲਾ ਹੱਲ ਕਰਾਇਆ ਜਾਵੇ। ਦੇਖੋ ਜੀ, ਜਿਹੜਾ ਸਾਡੇ ਧਿਆਨ 'ਚ ਆ ਜਾਂਦਾ, ਮੇਰੇ ਧਿਆਨ 'ਚ ਲਿਆ ਤਾਂ ਅੱਗੇ ਵੀ ਲਿਆ ਇੱਕ ਦਿਨ, ਉਹ ਰੂੜੀਆਂ ਦਾ ਮਸਲਾ ਵੀ ਹੱਲ ਹੋਊਗਾ। ਲੋਕ ਬੜੇ ਹੀ ਪਰੇਸ਼ਾਨ ਨੇ, ਗੰਦਗੀ ਇੰਨੀ ਬਹੁਤ ਜ਼ਿਆਦਾ ਪਰੇਸ਼ਾਨ, ਕੋਈ ਗੰਦਗੀ ਨਹੀਂ ਰਹਿਣ ਦਿੰਦੇ, ਸਭ ਹੱਲ ਕਰਾਂਗੇ। ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ।